बताए भी थे। एक तो साई रसोई, यहां पर आकर के कोई भी व्यक्ति श्रद्धावश बाबा का प्रसाद मांगते हुए या फिर Oh,
फिर सरजमी का बहुत बहुत स्वागत कर देते हैं और साईं जी सत्य कृपा कर बहुत ही कमाल का ये प्रोग्राम जा रहे हैं और बहुत शुक्रिया भाई इस कमेटी का साईं जी का बहुत बहुत शुक्रान क्योंकि अजिहे मेले बहुत घट लगे कर रहे हैं सो मैं रिक्वेस्ट कर जिन्हें आप अगे खड़े हैं पत्थर ले बह जाइए और शैलजा चौधरी जी बहुत बहुत स्वागत कर रहे हैं मैडम आए हुए जी सो बुलाइए जी थोड़े करके मान साहब हाजिर हुए ने जी साईं जी की मर्जी नाल मान साहब हाजिर हुए ने और थोड़ा सब का बहुत बहुत स्वागत कर रहे हैं एक बेनती करूंगा हाथ जोड़ के सारे कि जिथे खड़े हो उथे खड़े रहो जिथे बैठे हो उथे बैठे रहो कि सारिया धीआं भैणा भी इतने आईया हुई है आप कोई भी लॉ एंड ऑर्डर खराब नहीं करना आप सारा सिस्टम मेनटेन कर रहे हैं आप पता लगे कि साईं के दरबार से जो जो आप आए हैं जी सारे झोलियां भर के जाइए आप कोई भी किसी भी तरीके का कोई भी प्रॉब्लम ना आए किसी तरीके क्योंकि बड़ा रीझा के बड़े शिद्दत के बड़े प्यार दे नाल बड़े सत्कार दे नाल मेला कराया गया जी ये मंदिर की स्थापना पहले तो मैं बहुत सारिया मुबारक है जी सो थोड़े जोरदार ताड़ियां दे विच थोड़े अपने जिना गुरदास मान साहब महासरला
ਬਹੁਤ ਕਿਉਂਕਿ ਸਾਈਂ ਧਾਮ ਦੇ ਜ਼ੋਰਦਾਰ ਤਾੜੀਆਂ ਜ਼ੋਰਦਾਰ ਲੋਕਾਂ ਨਾਲ ਕੀਤੀਆਂ ਬੱਤਾਂ ਸਾਡੇ ਵਾਰੀ ਫੋਨ ਕੱਟ ਕਰ ਲੋਕੀ ਤੇਰਾ ਵੇਖਦਾ ਤਮਾਸ਼ਾ ਚੁਣੀ ਮੁਰਗ ਦਲੀਆ ਮਾਰੇ ਸੱਚ ਦੀ ਕਮਾਈ ਖਾਣ ਵਾਲੇ ਸੱਜਣ ਦਾ ਸਾਰਿਆਂ ਨੂੰ ਬਹੁਤ ਸਲੂਟ ਹੈ ਬਾਬੇ ਥੋੜੀ ਮਿਲਦੀ ਹੈ ਉਹੀ ਚੰਗੀ ਹੈ ਬਾਬੇ ਪਰ ਇੱਜ਼ਤ ਦੀ ਇਮਾਨ ਦੀ ਹੱਕ ਦੀ ਸੰਤੋਖ ਦੀ ਪੱਚ
ਜਿੱਤ ਦੀ ਸਾਰੇ ਵੀਡੀਓ ਜਿਸ ਰੋਟੀ ਕਰਕੇ ਭੱਜੇ ਫਿਰਦੇ ਆ ਉਸ ਰੋਟੀ ਦਾ ਨਜ਼ਾਰਾ ਵੀ ਸੁਣ ਲਈ ਮੈਨੂੰ ਗੱਲੇ ਲਾਣਾ ਮੈਨੂੰ ਪਤਾ ਮੇਰੇ ਦਿਲ ਚ ਵਸਦਾ ਪਤਾ ਯਾਰੇ ਤਸਵੀਰ ਯਾਰੇ ਤੇਰਾ ਉਸ ਬਹੁਤ ਕੁਛ ਇਹ ਨੌ ਤੋੜਨ ਵਾਲੀ ਗੱਲਾਂ ਵਿੱਚ ਨੀ ਵਿੱਚ ਕੁਛ ਨੀ ਦਿਖਾਉਣਾ ਕਿਉਂਕਿ ਜਿੱਥੇ ਹੋ ਗਿਆ ਬੰਦਾ ਉਲਝ ਗਿਆ ਤੇਰੇ ਚ ਉਲਝ ਗਿਆ ਨਾ ਇੰਨੀ ਗੱਲ ਚੁਲ ਗਈ ਜਿਹੜੀ ਮੈਂ ਚੀਜ਼ ਸੁਣਾਉਣ ਲੱਗਿਆ ਧਿਆਨ ਇਟਲੀ ਹੈਲੋ ਸੁਣਿਓ ਤੇਰੀ ਪਿਆਰੀ ਮੁੱਛ ਬਸ ਕੁਛ ਨਾ ਪੁੱਛ ਜੀ ਖੁਦੀ ਏ ਰੋਟੀ ਦੇ ਮਗਰ ਦੁਨੀਆ ਸੁਬਹ ਸ਼ਾਮ ਦੁਪਹਿਰ ਨੂੰ ਖਾਈ ਰੋਟੀ 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 ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਬਾਬਾ ਜੀ ਕਿ ਪੱਕੀ ਫਿਰਦੀ ਹੈ ਤੇ ਕੋਈ ਸ਼ੱਕ ਨਹੀਂ ਮਗਰ ਅਸੀਂ ਇਸ ਨੂੰ ਚੱਜ ਨਾਲ ਖਾਂਦੇ ਹੀ ਨਹੀਂ ਸਾਡੇ ਸਾਹਮਣੇ ਟੀਵੀ ਚੱਲ ਰਿਹਾ ਤਾਂ ਰੋਟੀ ਖਾ ਰਹੇ ਨੇ ਅਸੀਂ ਕਿਹਦੀ ਇੱਜ਼ਤ ਕਰ ਰਹੇ ਹਾਂ ਟੀਵੀ ਦੀ ਨਿਊਜ਼ ਕਿੱਡੀ ਖਤਰਨਾਕ ਤੋਂ ਖਤਰਨਾਕ ਚੱਲ ਰਹੀ ਹੋਵੇ ਪਰ ਰੋਟੀ ਕਿੰਨੀ ਵੀ ਸਵਾਦਿਸ਼ਟ ਹੈ ਤੁਸੀਂ ਰੋਟੀ ਦੀ ਤਵੱਜੋ ਭੁੱਲ ਜਦੋਂ ਖਾਣਾ ਖਾਈਏ ਤੇ ਫਿਰ ਕਹਿੰਦੇ ਆ ਨਾ ਕਿ ਕੋਈ ਵੱਡਾ ਬਾਦਸ਼ਾਹ ਵੀ ਅੱਗੇ ਆ ਜਾਵੇ ਤੇ ਉੱਠ ਕੇ ਖੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਰੋਟੀ ਦੀ ਤੋਹੀਨ ਹੈ ਬਾਬਾ ਕਿਉਂਕਿ ਅੰਨ ਸਭ ਤੋਂ ਵੱਡਾ ਚਿੱਟੇ ਦਾਣੇ ਅੰਨ ਕੇ ਜੀਆ ਬਾਜ ਨਾ ਕੋ ਸੁਣ ਕੇ ਫਿਰਦੀ ਹੈ ਰੋਟੀ ਤੇ ਮਗਰ ਦੁਨੀਆ ਸੁਬਹ ਸ਼ਾਮ ਦੁਪਹਿਰ ਨੂੰ ਖਾਈ ਰੋਟੀ ਇਸ ਰੋਟੀ ਦਾ ਭੇਦ ਨਾ ਕੋਈ ਜਾਣੇ ਕਿੱਥੋਂ ਆਈ ਤੇ ਕਿਹਨੇ ਬਣਾਈ ਰੋਟੀ ਕਿਹੜੇ ਜੱਟ ਨੇ ਰੋਟੀ ਦਾ ਬੀਜ ਬੋਇਆ ਕਿਹੜੇ ਖੇਤ ਜ਼ਮੀਨ ਚੋਂ ਆਈ ਰੋਟੀ ਉਹ ਰੋਟੀ ਦੀ ਕਦਰ ਨੂੰ ਕੀ ਜਾਣੇ ਜਿਹਨੂੰ ਮਿਲਦੀ ਹੈ ਪੱਕੀ ਫਟਾਈ ਮਾਵਾਂ ਕਈਆਂ ਭੈਣਾਂ ਨੂੰ ਸਾਰੇ ਨੂੰ ਬਹੁਤ ਪਿਆਰ ਨਾਲ ਤੁਸੀਂ ਜਿਹੜਾ ਵੀ ਆਉਂਦਾ ਉਸ ਚੀਜ਼ ਨੂੰ ਤੁਸੀਂ ਇਹਨੂੰ ਬਣਾ ਕੇ ਪਕਾ ਕੇ ਛਕਾਉਣੇ ਹੋ ਅੱਧੀ ਰਾਤੀ ਵੀ ਕੋਈ ਪ੍ਰਾਹੁਣਾ ਆ ਜਾਏ ਆਪਣੀ ਸੇਵਾ ਦੇ ਬਾਰੇ ਉੱਥੋਂ ਤੋਂ ਵੱਡੀ ਸੇਵਾ ਕਰਨਾ ਤਾਂ ਹੀ ਤੁਹਾਨੂੰ ਅੰਨਪੂਰਨਾ ਕਹਿੰਦਾ ਮੇਰੇ ਨਾਲ ਸ਼ਿਵ ਜੀ ਮਹਾਰਾਜ ਜੀ ਨੇ ਆਪਕੇ ਅੰਨਪੂਰਨਾ ਖੈਰ ਪਾ ਪਾਰਵਤੀ ਦੇ ਚਰਨਾਂ ਦੇ ਸਾਧ ਨੂੰ ਵੀ ਖੈਰ ਮੰਗਣੀ ਪੈਂਦੀ ਹੈ ਸ਼ਿਵ ਜੀ ਨੂੰ ਵੀ ਖੈਰ ਮੰਗਣੀ ਉਸ ਭੁੱਖੇ ਤੋਂ ਪੁੱਛ ਕੇ ਵੇਖ ਮਾਨਾ ਉਸ ਭੁੱਖੇ ਤੋਂ ਪੁੱਛ ਕੇ ਵੇਖ ਮਾਨਾ ਜਿਹਨੂੰ ਲੱਭੇ ਨਾ ਮਸਾਂ ਥਿਆਈ ਰੋਟੀ ਇੱਕ ਸਬਰ ਸੰਤੋਖ ਦੇ ਨਾਲ ਖਾ ਗਏ ਇੱਕ ਮਾਂ ਦੇ ਫਿਰਨ ਪਕਾਈ ਰੋਟੀ ਰੋਟੀ ਗੋਲ ਹੈ ਕੰਮ ਵੀ ਗੋਲ ਇਸਦਾ ਜੀਆ ਜੰਤ ਨੂੰ ਚੱਕਰ ਵਿੱਚ ਪਾਏ ਰੋਟੀ ਸੀਨਾ ਆਪ ਤੰਦੂਰ ਵਿੱਚ ਸਾੜ ਲੈਂਦੀ ਭੁੱਖੇ ਪੇਟ ਦੀ ਅੱਗ ਬੁਝਾਏ ਰੋਟੀ ਰੋਟੀ ਖਾਣ ਲੱਗਾ ਪੰਦਾ ਕਰੇ ਨਖਰੇ ਆ ਸੁੱਕੀ ਬਣਾ ਲਿਆਈ ਹੈ ਆ ਸਾੜ ਕੇ ਬਣਾ ਲਿਆਈ ਹੈ ਆ ਤੇਰਾ ਪਿਓ ਖਾਊਗਾ ਉਹ ਰੋਟੀ ਖਾਣ ਲੱਗਾ ਬੰਦਾ ਕਰੇ ਨਖਰੇ ਬੇਸ਼ੁਕਰੇ ਤੇ ਰਾਸ ਨਾ ਆਏ ਰੋਟੀ ਤੇ ਪਾਈ ਬੁਰਕੀ ਵੀ ਮੂੰਹ ਚੋਂ ਕੱਢ ਲੈਂਦਾ ਹੈ ਬਿਨਾਂ ਹੁਕਮ ਦੇ ਅੰਦਰ ਨਾ ਜਾਏ ਰੋਟੀ ਕੋਈ ਕਿਸੇ ਦਾ ਰਿਜ਼ਕ ਨਹੀਂ ਖੋ ਸਕਦਾ ਲਿਖੀ ਆਈ ਹੈ ਧੋ ਲਿਖਾਈ ਰੋਟੀ ਸਾਰੇ ਧਰਮ ਉਸ ਬੰਦੇ ਨੂੰ ਨੇਕ ਮੰਨਦੇ ਜਿਹਨੇ ਹੱਕ ਹਲਾਲ ਦੀ ਖਾਈ ਰੋਟੀ ਅੱਗੇ ਗੱਲ ਸੁਣਨਾ ਬਾਬਾ ਜੀ ਰੋਟੀ ਬਣੀ ਪ੍ਰਸ਼ਾਦਾ ਵਿੱਚ ਲੰਗਰਾਂ ਦੇ ਇਹ ਰੋਟੀ ਪ੍ਰਸ਼ਾਦਾ ਬਣ ਗਈ ਲੈਲਾ ਜੀ ਪ੍ਰਸ਼ਾਦਾ ਸੰਗਤ ਜੀ ਪ੍ਰਸ਼ਾਦਾ ਗੁਰੂ ਜੀ ਪ੍ਰਸ਼ਾਦਾ ਕਿਆ ਪਿਆਰ ਨਾਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਰੋਟੀ ਬਣੀ ਪ੍ਰਸ਼ਾਦਾ ਵਿੱਚ ਲੰਗਰਾਂ ਦੇ ਹੱਥੀ ਗੁਰੂ ਨੇ ਜਦੋਂ ਵਰਤਾਈ ਰੋਟੀ
ਹੱਥੀ ਗੁਰੂ ਨੇ ਜਦੋਂ ਵਰਤਾਈ ਰੋਟੀ ਨਾਮ ਜਪੋ ਤੇ ਵੰਡ ਕੇ ਛਕੋ ਭਾਈ ਹੱਕ ਸੱਚ ਦੀ ਨੇਕ ਕਮਾਈ ਰੋਟੀ ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ ਜਿੰਨਾ ਖੈਰ ਫਕੀਰ ਨੂੰ ਪਾਈ ਰੋਟੀ ਓਨੀ ਖਾਈ ਮਾਨਾ ਜਿੰਨੀ ਹਜ਼ਮ ਹੋ ਜਾਏ ਰੋਟੀ ਕਾ ਦੀ ਜੇ ਹਜ਼ਮ ਨਾ ਆਈ ਰੋਟੀ ਰੋਟੀ ਕਾ ਦੀ ਜੇ ਹਜ਼ਮ ਨਾ ਆਈ ਰੋਟੀ दीवाना आदमी को बनाती है रोटियां दीवाना आदमी को बनाती है रोटियां खुद नाचती है औरों को नचाती है रोटियां जिनू बहुती मिल जे वो भी दुखी जिनू थोड़ी मिल जे वो भी दुखी जिनू कुछ ना मिले वो दुखी दुखी जे दुनिया दे विच दुखी दुखी फिर दुखियां दे विच कौन सुखी ठन ठन गुप्पा ਤੇਰਾ ਮੇਰਾ ਸਾਰਿਆਂ ਦਾ ਇੱਕੋ ਜਿਹਾ ਤੁਹਾਨੂੰ ਪੰਜੀ ਦਾ ਸਵਾਲ ਮੈਨੂੰ ਦਸੀ ਦਾ ਸਵਾਲ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਫੂਕ ਤਾਂ ਨਿਸ਼ਾਨ ਕਰੀਏ ਛੋਟਾ ਵੱਡਾ ਨੀ ਬੰਦੇ ਦੀ ਸੋਚ ਹੈ ਵੱਡੀ ਛੋਟੀ ਕੰਮ ਛੋਟਾ ਵੱਡਾ ਨੀ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਕੱਢਣਗੇ ਅੰਦਰੋਂ ਨੀਤ ਜਿੰਨਾ ਦੀ ਖੋਟੀ ਅੰਦਰੋਂ ਨੀਤ ਜਿੰਨਾ ਦੀ ਖੋਟੀ ਅੰਦਰੋਂ ਨੀਤ ਲਈਏ ਪੈਰ ਨੂੰ ਜਿਸ ਪੌੜੀ ਦੇ ਕਰੀਏ ਰੋਟੀ 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 ਹੱਥ ਦੇ ਖਾਈਏ ਜੀ ਗੱਲ ਸੱਚੀ ਸੱਚੀਆਂ ਦੀ ਦੱਬ ਕੇ ਬਾਈਏ ਰੱਜ ਕੇ ਖਾਈਏ ਦੱਬ ਕੇ ਵਾ ਤੇ ਰੱਜ ਕੇ ਖਾ ਗੁਰੂ ਨਾਨਕ ਸਾਹਿਬ ਕਹਿੰਦੇ ਫਰਮਾ ਨੇਕ ਕਮਾਈ ਕਰ ਜਿੰਨਾ ਵਾਏਗਾ ਉਹਨਾਂ ਹੀ ਮਿਲੇਗਾ ਦੱਬ ਕੇ ਵਾ ਤੇ ਰੱਜ ਕੇ ਖਾ ਦੱਬ
के बाइए रज के खाइए गल सच्ची सच्चियां की तब के बाइए रज के खाइए गल सच्ची सच्चियां की तब के बाइए रज के खाइए से शुक्रे ना होइए सिर चढ़के ना रोटी हक दी खाइए की तम झूठ पाल छाकरिए रोटी हक दी खाइए की तम झूठ पाल छाकरिए रोटी हक दी खाइए की तम झूठ पाल छाकरिए रोटी हक दी खाइए की तम झूठ पाल छाकरिए शुक्रिया थैंक यू वेरी मच बहुत बहुत शुक्रिया हेलो 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 बल्ले 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 एक और चीज देने लगे जेडी थोड़े को है नहीं पर हैगी साइकिल मैं क्या रोटी आ गई ते साइकिल दे दोनों कमाई वाली चीज है ओदे ते भी मेहनत मार के रोटी कमाउन देना पैंदा सी मैनू ओद नहीं याद है अपने बचपन दे जो साइकिल ते जांदे सी और सब तो बड़ी ओ गल जदों किराए ते लेके चलांदे सी एक जवानी दा घंटा मिलदा सीगा साइकिल चलाउन दा क्यों भोले चला किन्नी बारी डिगे किन्नी बारी डिगे कदों डिगना हो कैंची चलाई है कैंची होंगी की एक कैंची कबड्डी के बिच भी मार दे इन्हों न्याणा भी कहना कबड्डी के बिच कैंची भी मार लेना दोनों हाथ छड़ के कैंची मार दे कमाल दे पुआ और हरियाणा की कबड्डी तो कमाल है पहलवानी भी कमाल है और हरियाणा ने मेरा ख्याल है ओलंपिक दे विच जिन्हें गोल्ड मेडल जीते हैं साड़ी किसे स्टेट ने नहीं जीते लूटते मारना ही पड़ेगा उन्होंने दी मेहनत क्योंकि जिस चीज की कदर ना हो जेड़ी मेहनत की कदर ना मिले जेड़ी मेहनत का इंसाना ना मिले वो मेहनत भी कर्म छड़ दिंदा बंदा क्यों सरकारां नूं सोचना चाहिए कि साडा पहलवान जित के आया है साडी कुड़ी जित के आई है एक जिमनास्टिक दे विचों जित के आई है जूडो दे विचों जित के आई है रैसलिंग दे विचों जित के आई जी बाबा की रंदा गुरु साइकिल हाँ जी ओ मैं सुना
ਪਹਿਲਾਂ ਪਹਿਲਾਂ ਆ ਮੇਰੇ ਮੇਰੀ ਮੇਰੀ ਸਭ ਤੋਂ ਪਸੰਦ ਜਿਹੜੀ ਹੈ ਮੇਰੀ ਮਨ ਪਸੰਦ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹ ਆਪਣੇ ਆਪਣੇ ਸਾਈਕਲ ਨੂੰ ਯਾਦ ਕਰ ਲੈਣ ਪਹਿਲੀ ਕਿਵੇਂ ਵਾਰੀ ਕੈਂਚੀ ਚਲਾਈ ਸੀ ਕਿਵੇਂ ਡਿੱਗੇ ਸੀ ਕਿਵੇਂ ਚੈਨ ਫਸ ਗਈ ਸੀ ਕਿਵੇਂ ਚੈਨ ਉਤਰ ਗਈ ਸੀ ਕਿਵੇਂ ਚੈਨ ਚੜਾਈ ਸੀ ਕਿਵੇਂ ਕੁੱਤੇ ਫੇਲ ਹੋ ਗਏ ਸੀ ਅੱਛਾ ਹੁਣ ਸਾਈਕਲ ਤੇ ਕੁੱਤੇ ਨੀ ਫੇਲ ਹੁੰਦੇ ਬੰਦੇ ਦੇ ਕੁੱਤੇ ਹੋ ਜਾਂਦੇ ਭੋਲੇ ਦੇ ਕਿੰਨੇ ਵਾਰੀ ਹੋਏ ਨਵੇਂ ਪੁਆਲੇ ਭੌਂਕਦੇ ਰਹਿੰਦੇ ਤੇ ਘਰ ਦੇ ਇਹ ਸਾਡਾ ਲਾਡਲਾ ਮਿੱਤਰ ਪਿਆਰਾ ਹੈ ਇਹ ਉਦੋਂ ਦਾ ਹੈ ਜਦੋਂ ਮੈਂ ਹਜੇ ਮਤਲਬ ਗਾਉਣਾ ਸ਼ੁਰੂ ਕੀਤਾ ਇਹ ਉਸ ਵੇਲੇ ਦਾ ਬਹੁਤ ਪੁਰਾਣਾ ਹੈ ਇੰਨਾ ਪੁਰਾਣਾ ਹੋ ਗਿਆ ਇਹਨੂੰ ਕੁਆੜੀਆਂ ਵੀ ਨੀ ਕੋਈ ਜੁਗਦਾ ਇੱਕ ਨਵੀਂ ਨਵੀਂ ਗੱਡੀ ਲੈ ਲਈ ਇਹਨੇ ਭੋਲੇ ਨੇ ਨਵੀਂ ਨਵੀਂ ਗੱਡੀ ਲੈ ਲਈ ਤੇ ਲਾਲ ਬੱਤੀ ਹੋ ਗਈ ਲਾਲ ਬੱਤੀ ਤੇ ਜਾ ਕੇ ਖੜ ਗਿਆ ਭੁੱਲ ਗਿਆ ਯਾਦ ਭੁੱਲ ਗਈ ਅੱਗੇ ਹਰੀ ਬੱਤੀ ਆ ਗਈ ਸੋਚੀ ਜਾ ਰਿਹਾ ਮੈਂ ਨਵੀਂ ਗੱਡੀ ਲੈ ਲਈ ਯਾਰ ਕਮਾਲ ਹੋ ਗਈ ਆ ਇਹਨੇ ਨੂੰ ਇੱਕ ਬੰਦਾ ਆਇਆ ਉਹਨੇ ਟਕ ਟਕ ਕੀਤੀ ਕਹਿੰਦਾ ਭਾਈ ਸਾਹਿਬ ਗਾੜੀ ਚਲਾ ਲਓ ਇਸੇ ਜ਼ਿਆਦਾ ਹਰੀ ਨਹੀਂ ਹੋ ਗਈ ਕੁੜੀਏ ਵੇਖਣੀ ਕੁੜੀਏ ਰੱਬ ਦੇ ਵੇਖ ਨਜ਼ਾਰੇ ਨਾ ਸਾਡੇ ਕੋਲੇ ਮੋਟਰਸਾਈਕਲ ਨਾ ਕੋਈ ਮੋਟਰ ਕਾਰ ਇੱਕ ਟੁੱਟਿਆ ਜਾ ਸਾਈਕਲ ਸਾਡਾ ਹਰ ਵੇਲੇ ਤੰਗ ਸਾਰੇ ਉਹ ਦੁਨੀਆ ਉੱਤੇ ਪੈਰੋਂ ਨੰਗੇ ਲੱਖਾਂ ਫਿਰਨ ਵਿਚਾਰੇ ਮੈਂ ਤੇ ਫਿਰ ਵੀ ਸਾਈਕਲ ਤੇ ਹਾਂ ਸਤਿਗੁਰ ਦੇ ਬਲਿਹਾਰੇ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂੰ ਮੁਟਿਆਰੇ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂੰ ਮੁਟਿਆਰੇ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂੰ ਮੁਟਿਆਰੇ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂੰ ਮੁਟਿਆਰੇ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂੰ ਮੁਟਿਆਰੇ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂੰ ਇੱਕ ਨਾ ਦੇ ਕਰ ਪੁੱਤ ਪੁੱਤਾਂ ਕਰ ਪੋਤਰੇ ਇੱਕ ਨਾ ਦੇ ਕਰ ਧੀਆਂ ਧੀਆਂ ਕਰ ਦੋਤਰੇ ਇੱਕ ਨਾ ਦੇ ਇੱਕੋ ਪੁੱਤਰ ਉਹ ਵੀ ਜਾਵੇ ਮਰ ਕੌਣ ਆਖੇ ਵਜੀਦਾ ਸਾਈ ਨੂੰ ਇੰਜ ਨਹੀਂ ਇੰਜ ਕਰ ਰੱਬ ਦੀ ਮਰਜ਼ੀ ਦਾ ਕੀ ਕਰ ਘੁੰਮ ਗਿਆ ਰੱਬ ਦੀ ਮਰਜ਼ੀ ਦਾ ਆਨੀ ਕੁੜੀਏ ਵੇਖਣੀ ਕੁੜੀਏ ਆਨੀ ਕੁੜੀਏ ਵੇਖਣੀ ਕੁੜੀਏ ਸਾਈਕਲ ਰੰਗ ਬਰੰਗਾ ਸਾਈਕਲ ਦੀ ਸ਼ੇਪ ਚੇਂਜ ਹੋ ਗਈ ਰੰਗ ਚੇਂਜ ਹੋ ਗਿਆ ਤਰੱਕੀ ਹੋ ਗਈ ਆਨੀ ਕੁੜੀਏ ਵੇਖਣੀ ਕੁੜੀਏ ਸਾਈਕਲ ਰੰਗ ਬਰੰਗਾ ਜਿਨ੍ਹਾਂ ਲਸੰਸੋਂ ਚੱਲਦੇ ਆਪਣੇ ਜਾਂ ਸਾਈਕਲ ਜਾਂ ਦੰਗਾ ਬਿਨਾਂ ਲਸੰਸੋਂ ਚੱਲਦੇ ਆਪਣੇ ਜਾਂ ਸਾਈਕਲ ਜਾਂ ਦੰਗਾ ਨਾ ਸਾਈਕਲ ਵਿੱਚ ਤੇਲ ਪਾਉਣ ਦਾ ਨਾ ਧੂੰਏ ਦਾ ਪੰਗਾ ਸਹਿ ਸੁਭਾਅ ਵਿੱਚ ਤੁਰਿਆ ਫਿਰਦਾ ਕਸਰਤ ਕਰ ਲੈ ਬੰਦਾ ਉਹ ਬੱਚਿਆਂ ਦੇ ਲਈ ਪਿਛਲੀ ਕਾਠੀ ਘਰ ਵਾਲੀ ਲਈ ਡੰਡਾ ਮਹਿੰਗੀ ਮੋਟਰ ਤੋਂ ਮੇਰਾ ਸਸਤਾ ਸਾਈਕਲ ਚੰਗਾ 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 ਮਹਿੰਗੀ ਮੋਟਰ ਤੋਂ ਮਹਿੰਗੀ ਮੋਟਰ ਤੋਂ ਹੋ
ਹਾਣੀ ਕੁੜੀਏ ਜਿਉਣ ਜੋਗੀ ਸਾਈਕਲ ਸਰਵਿਸ ਕਰ ਲੈ। ਅੱਛਾ ਗੱਡੀਆਂ ਦੀ ਸਰਵਿਸ ਹੁੰਦੀ ਹੈ, ਹਰ ਮੋਟਰ ਦੀ ਸਰਵਿਸ ਹੁੰਦੀ ਹੈ, ਉਹਦੇ ਤੇ ਲਿਖ ਕੇ ਲਗਾਇਆ ਹੁੰਦਾ ਕਿਹਦੀ ਕਦੋਂ ਸਰਵਿਸ ਕਰਨੀ ਹੈ, ਕਦੋਂ ਤੇਲ ਬਦਲਣਾ। ਬਹਾਰੋ ਫੂਲ ਬਰਸਾ ਮੇਰਾ ਮਹਬੂਬ, ਸਾਈਕਲ ਆ ਗਿਆ ਉਹ ਲੈ ਜਾ ਭਰਾਵਾ। ਮੇਰੀਆਂ ਸਾਰੀਆਂ ਠੰਡ ਲਵਾ ਦੇਗਾ ਯਾਰ। ਥੈਂਕ ਯੂ ਚਾਹੁੰਦਾ ਰਹੋ, ਥੈਂਕ ਯੂ, ਥੈਂਕ ਯੂ ਸੋ ਮਚ। ਸੋ ਸਾਰੀ ਮੋਟਰ ਸਾਰੀਆਂ ਮੋਟਰਾਂ ਦੇ ਉੱਤੇ ਲਿਖ ਕੇ ਲਗਾਇਆ ਹੁੰਦਾ ਵੀ ਕਦੋਂ ਸਰਵਿਸ ਕਰਨੀ ਹੈ, ਮਗਰ ਬੰਦੇ ਦੇ ਉੱਤੇ ਲਿਖ ਕੇ ਨਹੀਂ ਲਗਾਇਆ। ਜਨਾਨੀਆਂ ਫਿਰ ਵੀ ਹਿਸਾਬ ਨਾਲ ਸਰਵਿਸ ਕਰਦੇ, ਅੱਜ ਤੇ ਨਾਲਾ ਤੇ ਅੱਜ ਤੇ ਮੱਸਿਆ। ਕਿਉਂ ਬੋਲਿਆ, ਤੈਨੂੰ ਤਾਂ ਪਤਾ ਹੀ ਹੈ ਐਸੀ ਕਿਹੜੀ ਗੱਲ ਹੈ ਜਿਹੜੀ ਭੋਲੇ ਨੂੰ ਨਹੀਂ ਪਤਾ। ਆਂਢੀ ਕੁੜੀਏ ਜਾਣ ਜੋਗੀ ਹੈ ਸਾਈਕਲ ਸਰਵਿਸ ਕਰ ਲੈ, ਜੇਕਰ ਹੈਂਡਲ ਵਿੰਗਾ ਹੋ ਜੇ ਤੇ ਪਤਾ ਕੀ ਕਰਨਾ ਪੈਂਦਾ, ਮਾਰ ਬਰੇਕਾਂ ਖੜ ਲੈ। ਅੱਛਾ ਗੋਡਿਆਂ ਦੇ ਵਿੱਚ ਟਾਇਰ ਫਸਾ ਕੇ ਹੈਂਡਲ ਸਿੱਧਾ ਕਰ ਲੈ, ਦੇਸੀ ਨੁਸਖੇ, ਗੋਡਿਆਂ ਦੇ ਵਿੱਚ ਟਾਇਰ ਫਸਾ ਕੇ ਹੈਂਡਲ ਸਿੱਧਾ ਕਰ ਲੈ, ਪੰਚਰ ਹੋ ਜੇ ਹਵਾ ਨਿਕਲ ਜੇ ਪੰਪ ਮਾਰ ਕੇ ਭਰ ਲੈ, ਵਾਲ ਤੇ ਕਿਧਰੇ ਲੀਕ ਨਹੀਂ ਹੋਇਆ ਥੁੱਕ ਲਾ ਕੇ ਚੈੱਕ ਕਰ ਲੈ। ਸਾਈਕਲ ਮਿੱਤਰਾਂ ਦਾ ਸ਼ਰਤ ਲਗਾ ਕੇ ਫੜ ਲੈ, ਸਾਈਕਲ ਮਿੱਤਰਾਂ ਜਾਣ ਜੋਗੀ ਸਾਈਕਲ ਦਾ ਮੁੱਲ ਪਾਇਆ। ਸ਼ਾਬਾ ਸ਼ਿਵਾ ਗਿਆਨੀ ਦੇ ਜਿਹਨੇ ਬਾਈ ਸਾਈਕਲ ਬਣਾਇਆ, ਸ਼ਾਬਾ ਸ਼ਿਵਾ ਗਿਆਨੀ ਦੇ ਜਿਹਨੇ ਬਾਈ ਸਾਈਕਲ ਬਣਾਇਆ। ਅਮੀਰਾਂ ਦੀ ਕਸਰਤ, ਗਰੀਬਾਂ ਦੀ ਹਸਰਤ, ਅਮੀਰਾਂ ਦਾ ਸ਼ੌਕ, ਗਰੀਬਾਂ ਦੀ ਰੋਟੀ ਰੋਜ਼ੀ ਤੇ ਸਰਮਾਇਆ, ਕਿਉਂਕਿ ਅਮੀਰ ਮਰਸ਼ਰੀ ਦੇ ਵਿੱਚ ਜਾਂਦਾ, ਜਿਮ ਦੇ ਵਿੱਚ ਜਾ ਕੇ ਸਾਈਕਲ ਚਲਾ ਕੇ ਘਰੇ ਆ ਜਾਂਦਾ, ਫਿਰ ਮਰਸ਼ਰੀ ਦੇ ਵਿੱਚ। ਅਮੀਰਾਂ ਦੀ ਕਸਰਤ, ਗਰੀਬਾਂ ਦੀ ਹਸਰਤ, ਅਮੀਰਾਂ ਦਾ ਸ਼ੌਕ, ਗਰੀਬਾਂ ਦੀ ਰੋਟੀ ਰੋਜ਼ੀ ਤੇ ਸਰਮਾਇਆ। ਮਿੱਤਰਾਂ ਦੇ ਨਾਲ ਰਿਸਾਂ ਲੱਗੀਆਂ, ਸਾਈਕਲ ਬੜਾ ਭਜਾਇਆ, ਉਹ ਬੜੇ ਪਜਾਮੇ ਪੈਂਟਾਂ ਨੂੰ ਮੈਂ ਚੈਨਾਂ ਵਿੱਚ ਫਸਾਇਆ, ਉਹ ਪਿਆ ਤਾਂ ਕੁੱਟ ਖਾਧੀ, ਮੇਰੀ ਬੇਬੇ ਨੇ ਗੱਲਾਂ ਆਪਣੇ ਤੋਂ ਪੁੱਛਾ ਦੀ।
ਕੁੜੀਏ ਜਿਉਣ ਜੋਗੀ ਆ ਨੀ ਕੁੜੀਏ ਵੇਖਣੀ ਕੁੜੀਏ ਦਰਦ ਦਿਲਾਂ ਨੂੰ ਛੋਇਆ ਪਹਿਲੀ ਨੇਕ ਕਮਾਈ ਵਾਲਾ ਮੇਰਾ ਸਾਈਕਲ ਚੋਰੀ ਹੋਇਆ ਮੇਰਾ ਸਾਈਕਲ ਚੋਰੀ ਹੋਇਆ ਕਿਸੇ ਖਬਾਚੀ ਚੀਜ਼ ਲਈ ਮੈਂ ਪਹਿਲੀ ਵਾਰੀ ਰੋਇਆ ਇੰਨਾ ਰੋਇਆ ਪਤਾ ਉਦੋਂ ਲੱਗਦਾ ਜਦੋਂ ਆਪਣੀ ਜੇਬ ਚੋਂ ਗੁਆਚੇ ਪਹਿਲਾਂ ਪਿਓ ਦੇ ਦਿੱਤੀਆਂ ਕਿੰਨੀਆਂ ਗੁਆਚੀਆਂ ਫੇਰ ਲੈ ਲਈਆਂ ਪਹਿਲੀ ਨੇਕ ਕਮਾਈ ਵਾਲਾ ਮੇਰਾ ਸਾਈਕਲ ਚੋਰੀ ਹੋਇਆ ਕਿਸੇ ਗਵਾਚੀ ਚੀਜ਼ ਲਈ ਮੈਂ ਪਹਿਲੀ ਵਾਰੀ ਰੋਇਆ ਇੰਨਾ ਰੋਇਆ ਇੱਕ ਫਕੀਰ ਖੁਦਾ ਦਾ ਬੰਦਾ ਮੇਰੇ ਅੱਗੇ ਆਣ ਖਲੋਇਆ ਕਹਿਣ ਲੱਗਾ ਤੁਮ ਕਿਆ ਲਾਏ ਥੇ ਕਿਆ ਥਾ ਜਬ ਖੋਇਆ ਸਾਲਿਆ ਨੰਗਾ ਆਇਆ ਸੀ ਹੁਣ ਕਹਿੰਦਾ ਮੇਰੀਆਂ ਚੀਜ਼ਾਂ ਗੁਆਚੀਆਂ ਕਿਆ ਗੁੰਮ ਗਿਆ ਹੋਏ ਤੇਰਾ ਫਕੀਰ ਬੋਲਦੀ ਇਸੇ ਤਰ੍ਹਾਂ ਗਾਲਾਂ ਕੱਢ ਕੇ ਬੋਲਦੇ ਕਿਆ ਥਾ ਜੋ ਕੁਝ ਖੋਇਆ ਮੈਂ ਕਿਹਾ ਬਾਬਾ ਜੀ ਮੇਰਾ ਸਾਈਕਲ ਚੋਰੀ ਹੋਇਆ ਕਹਿੰਦੇ ਮੂਰਖ ਮਹਾਮੂਰਖ ਵੋ ਸਾਈਕਲ ਲੈ ਕਰ ਗਾੜੀ ਦੇਗਾ ਤੂੰ ਕਿਆ ਜਾਣੇ ਮੋਇਆ ਮੈਂ ਕਿਹਾ ਬਾਬਾ ਜੀ ਮੋਇਆ ਮੋਇਆ ਜੋ ਮਰ ਗਿਆ ਜੋ ਮਿਟ ਗਿਆ ਜੋ ਖੋ ਗਿਆ ਇਨਸਾਨ ਮਰ ਜਾਏਗਾ ਅਭਿਮਾਨ ਮਰ ਜਾਏਗਾ ਤੇਰੇ ਅੰਦਰ ਕਾ ਮਾਨ ਮਰ ਜਾਏਗਾ ਮਰ ਜਾਣਾ ਗੁਰਦਾਸ ਮਾਨ ਮੈਂ ਉਸੇ ਦਿਨ ਤੋਂ ਹੋਇਆ ਬਾਬਾ ਮੈਨੂੰ ਪਤਾ ਕੀ ਕਹਿੰਦਾ ਉਹ ਤੈਨੂੰ ਸਾਧ ਨਾਲ ਕੀ ਉਹ ਤੈਨੂੰ ਚੋਰ ਨਾਲ ਕੀ ਸਾਧ ਨਾਲ ਕੀ ਉਹ ਤੈਨੂੰ ਚੋਰ ਨਾਲ ਉਸਦਾ ਮਿਰਗ ਵੀ ਉਸਦਾ ਮੋਰ ਵੀ ਉਸਦਾ ਜਾਨ ਵੀ ਉਸਦੀ ਚੋਰ ਵੀ ਉਸਦਾ ਤੇ ਚੁੱਪ ਵੀ ਉਸਦੀ ਸ਼ੋਰ ਵੀ ਉਸਦਾ ਬਾਕੀ ਰਹਿ ਗਿਆ ਕੀ ਕਿਸੇ ਦੇ ਚਰਨੀ ਲੱਗ ਕੇ ਜੀ ਕਿਸੇ ਦੇ ਚਰਨੀ ਲੱਗ ਕੇ ਜੀ ਕਿਸੇ ਮਿਹਰਬਾਨੀ